ਚੰਡੀਗੜ੍ਹ ਤੋਂ ਜਿੱਥੋਂ ਦੀ ਜ਼ਿਲ੍ਹਾ ਅਦਾਲਤ ਵਿੱਚ ਕਤਲ ਦੀ ਵਾਰਦਾਤ ਵਾਪਰੀ ਹੈ। ਮੁਅੱਤਲ ਆਈਜੀ ਮਲਵਿੰਦਰ ਸਿੱਧੂ ਨੇ ਆਪਣੇ ਜਵਾਈ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਤੋਂ ਬਾਅਦ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ। ਪੁਲਿਸ ਨੇ ਮਲਵਿੰਦਰ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ। ਮੁਅੱਤਲ ਆਈਜੀ ਨੇ ਮਲਵਿੰਦਰ ਸਿੱਧੂ ਜਿਸਦੇ ਵੱਲੋਂ ਆਪਣੇ ਜਵਾਈ ਹਰਪ੍ਰੀਤ ਸਿੰਘ ਨੂੰ ਗੋਲੀਆਂ ਨਾਲ ਭੰਨ ਦਿੱਤਾ ਗਿਆ ਤੇ ਗੋਲੀ ਲੱਗਣ ਤੋਂ ਬਾਅਦ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ। ਗੋਲੀ ਲੱਗਣ ਤੋਂ ਬਾਅਦ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਸ਼ਨੀਵਾਰ ਨੂੰ ਅੰਨਾ ਧੁੰਨ ਫਾਇਰਿੰਗ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ। ਇਸ ਫਾਇਰਿੰਗ ਦੇ ਨਾਲ ਸਨਸਨੀ ਫੈਲ ਗਈ। ਇੱਥੇ ਪੰਜਾਬ ਪੁਲਿਸ ਦੇ ਮੁਅੱਤਲ AIG ਮਲਵਿੰਦਰ ਸਿੰਘ ਸਿੱਧੂ ਨੇ ਆਪਣੇ ਜਵਾਈ ਹਰਪ੍ਰੀਤ ਸਿੰਘ 'ਤੇ 4 ਗੋਲੀਆਂ ਚਲਾਈਆਂ। ਹਸਪਤਾਲ ਲਿਜਾਉਂਦੇ ਸਮੇਂ ਰਸਤੇ ਦੇ ਵਿੱਚ ਉਸ ਦੀ ਮੌਤ ਹੋ ਗਈ। ਦੋਨਾਂ ਪਰਿਵਾਰਾਂ ਦੇ ਵਿਚਕਾਰ ਘਰੇਲੂ ਵਿਵਾਦ ਚੱਲ ਰਿਹਾ ਸੀ। ਇਸੇ ਮਾਮਲੇ ਦੇ ਵਿੱਚ ਦੋਨੋਂ ਪੱਖ ਸ਼ਨੀਵਾਰ ਨੂੰ ਚੰਡੀਗੜ੍ਹ ਫੈਮਿਲੀ ਕੋਰਟ ਪਹੁੰਚੇ ਸੀ। ਮ੍ਰਿਤਕ ਹਰਪ੍ਰੀਤ ਸਿੰਘ ਖੇਤੀ ਵਿਭਾਗ ਦੇ ਵਿੱਚ IRSC ਦਿਨ ਦਿਹਾੜੇ ਹੋਈ ਇਸ ਵਾਰਦਾਤ ਨਾਲ ਕੋਰਟ ਪਰਿਸਰ ਦੇ ਵਿੱਚ ਹੜਕੰਪ ਮਚ ਗਿਆ। ਹਰਪ੍ਰੀਤ ਦਾ ਕਾਫੀ ਸਮੇਂ ਤੋਂ ਆਪਣੀ ਪਤਨੀ ਦੇ ਨਾਲ ਵਿਵਾਦ ਚੱਲ ਰਿਹਾ ਸੀ। ਉਹਨਾਂ ਦੇ ਵਿਚਕਾਰ ਤਲਾਕ ਤੋਂ ਪਹਿਲਾਂ ਸਮਝੌਤੇ ਦਾ ਮਾਮਲਾ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਮੀਡੀਏਸ਼ਨ ਸੈਂਟਰ ਦੇ ਵਿੱਚ ਚੱਲ ਰਿਹਾ ਸੀ। ਹਰਪ੍ਰੀਤ ਦੀ ਪਤਨੀ ਇਸ ਸਮੇਂ ਵਿਦੇਸ਼ ਦੇ ਵਿੱਚ ਹੈ ਤੇ ਉਸਦੀ ਜਗ੍ਹਾ ਪਿਤਾ ਮਲਵਿੰਦਰ ਸਿੰਘ ਸਿੱਧੂ ਇਸ ਮੀਡੀਏਸ਼ਨ ਸੈਂਟਰ ਦੇ ਵਿੱਚ ਸੁਣਵਾਈ ਲਈ ਪਹੁੰਚੇ ਸੀ। ਸ਼ਨੀਵਾਰ ਨੂੰ ਉਹਨਾਂ ਦੇ ਮਾਮਲੇ ਦੀ ਤੀਸਰੀ ਸੁਣਵਾਈ ਸੀ। ਜਿਵੇਂ ਹੀ ਹਰਪ੍ਰੀਤ ਮੀਡੀਏਸ਼ਨ ਸੈਂਟਰ ਦੇ ਵਿੱਚ ਪਹੁੰਚੇ ਤਦ ਹੀ ਸਿੱਧੂ ਨੇ ਬਾਥਰੂਮ ਜਾਣ ਦਾ ਬਹਾਨਾ ਬਣਾਇਆ ਅਤੇ ਹਰਪ੍ਰੀਤ ਨੂੰ ਨਾਲ ਲੈ ਕੇ ਚਲਾ ਗਿਆ। ਜਿਵੇਂ ਹੀ ਉਹ ਦੋਨੋਂ ਕਮਰੇ ਤੋਂ ਬਾਹਰ ਨਿਕਲੇ ਸਿੱਧੂ ਨੇ ਹਰਪ੍ਰੀਤ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ। ਅਜਿਹੇ ਇਲਜ਼ਾਮ ਮਲਵਿੰਦਰ ਸਿੰਘ ਸਿੱਧੂ ਤੇ ਲੱਗੇ ਨੇ ਕਿ ਮਲਵਿੰਦਰ ਸਿੰਘ ਸਿੱਧੂ ਦੇ ਵੱਲੋਂ ਅਜਿਹਾ ਕੀਤਾ ਗਿਆ। ਇਹ ਇਲਜ਼ਾਮ ਲੱਗੇ ਨੇ। ਇਹ ਗੋਲੀ ਹਰਪ੍ਰੀਤ ਸਿੰਘ ਦੇ ਪੈਰ ਤੇ ਵੱਜੀ ਜਦਕਿ ਇੱਕ ਉਹਨਾਂ ਦੇ ਪੇਟ 'ਚ ਵੱਜੀ। ਤਾਬੜ ਤੋੜ ਫਾਇਰਿੰਗ ਦੇ ਵਿੱਚ ਅਦਾਲਤ ਦੇ ਮੁਲਾਜ਼ਮਾਂ ਨੇ ਇੱਧਰ ਉੱਧਰ ਭੱਜਣਾ ਸ਼ੁਰੂ ਕਰ ਦਿੱਤਾ। ਕੁਝ ਮੁਲਾਜ਼ਮਾਂ ਨੇ ਸਿੱਧੂ ਨੂੰ ਫੜ ਲਿਆ, ਕਮਰੇ ਦੇ ਵਿੱਚ ਬੰਦ ਕਰ ਦਿੱਤਾ। ਸੂਚਨਾ ਮਿਲਣ ਤੇ ਮੌਕੇ ਤੇ ਪੁਲਿਸ ਪਹੁੰਚ ਗਈ। ਹਰਪ੍ਰੀਤ ਨੂੰ ਜਦੋਂ ਹਸਪਤਾਲ ਲਿਜਾਇਆ ਜਾਣ ਲੱਗਿਆ ਤਾਂ ਰਸਤੇ ਦੇ ਵਿੱਚ ਉਸਨੇ ਦਮ ਤੋੜ ਦਿੱਤਾ। ਪੁਲਿਸ ਨੇ ਮੁਲਜ਼ਮ ਮਲਵਿੰਦਰ ਸਿੰਘ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ। ਪੰਜਾਬ ਪੁਲਿਸ ਦੇ ਸਾਬਕਾ AIG ਮਲਵਿੰਦਰ ਸਿੰਘ ਸਿੱਧੂ ਦਾ ਵਿਵਾਦਾਂ ਦੇ ਨਾਲ ਪੁਰਾਣਾ ਨਾਤਾ ਰਿਹਾ। ਅਕਤੂਬਰ 2023 ਦੇ ਵਿੱਚ ਪੰਜਾਬ ਬਿਜ਼ਨਸ ਬਿਊਰੋ ਨੇ ਮਲਵਿੰਦਰ ਸਿੰਘ ਸਿੱਧੂ ਅਤੇ ਉਸਦੇ ਦੋ ਸਾਥੀਆਂ ਦੇ ਖਿਲਾਫ ਜ਼ਬਰੀ ਵਸੂਲੀ, ਧੋਖਾਧੜੀ ਅਤੇ ਰਿਸ਼ਵਤ ਲੈਣ ਦੇ ਰੋਪਾਂ ਦੇ ਵਿੱਚ ਮੁਕੱਦਮਾ ਦਰਜ ਕੀਤਾ ਸੀ। ਮਲਵਿੰਦਰ ਸਿੱਧੂ ਨੂੰ 25 ਅਕਤੂਬਰ 2023 ਨੂੰ ਮੋਹਾਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਮਲਵਿੰਦਰ ਪੁੱਛਗਿੱਛ ਦੇ ਵਿੱਚ ਸ਼ਾਮਲ ਹੋਣ ਲਈ ਮੋਹਾਲੀ ਸਥਿਤ ਵਿਜੀਲੈਂਸ ਕਾਰਿਆਲੇ ਪਹੁੰਚੇ ਸੀ। ਪੁੱਛਗਿੱਛ ਦੌਰਾਨ ਉਹਨਾਂ ਨੇ ਵਿਜੀਲੈਂਸ ਦੇ ਅਧਿਕਾਰੀਆਂ ਦੇ ਨਾਲ ਵੀ ਉਲਝ ਪਏ ਸੀ। DSP ਤੇ ਹਮਲਾ ਕਰ ਦਿੱਤਾ ਸੀ। ਅੱਜ ਸਾਨੂੰ ਤਕਰੀਬਨ 2 ਵਜੇ ਦੇ ਕਰੀਬ ਇੱਕ ਇਨਫੋਰਮੇਸ਼ਨ ਮਿਲੀ ਕੰਟਰੋਲ ਰੂਮ 'ਤੇ ਕਿ ਡਿਸਟ੍ਰਿਕਟ ਕੋਰਟ ਕੰਪਲੈਕਸ ਦਾ ਜਿਹੜੀ ਇਹ ਬਿਲਡਿੰਗ ਜਿੱਥੇ ਅਸੀਂ ਖੜ੍ਹੇ ਹਾਂ, ਜਿੱਥੇ ਮੀਡੀਏਸ਼ਨ ਸੈਂਟਰ ਹੈ ਅਤੇ ਮੀਡੀਏਸ਼ਨ ਹੁੰਦੀ ਹੈ, ਉੱਥੇ ਫਾਇਰਿੰਗ ਦੀ ਰਿਪੋਰਟ ਆਈ ਸੀ। ਇਮੀਡੀਏਟਲੀ ਲੋਕਲ ਪੁਲਿਸ ਮੌਕੇ 'ਤੇ ਪਹੁੰਚੀ। ਉੱਥੇ ਆ ਕੇ ਪਤਾ ਲੱਗਿਆ ਕਿ ਜੋ ਵਿਕਟਿਮ ਹੈ ਇੱਕ ਹਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੇ, ਜਿਨ੍ਹਾਂ ਨੂੰ ਇਮੀਡੀਏਟਲੀ ਜਿਨ੍ਹਾਂ ਨੇ ਵੀ ਫਾਇਰਿੰਗ ਇੰਸੀਡੈਂਟ ਦੇਖਿਆ ਉਹਨਾਂ ਨੇ ਹੋਸਪਿਟਲਾਂ ਨੂੰ ਲੈ ਕੇ ਗਏ। ਅਲੈਜਿਡ ਜਿਹੜੇ ਸੀ ਉਹਨਾਂ ਨੂੰ ਉੱਥੇ ਹੀ ਮੌਕੇ 'ਤੇ ਐਪਰੀਹੈਂਡ ਕੀਤਾ ਗਿਆ। ਉਹਨਾਂ ਨੂੰ ਪੁਲਿਸ ਕਸਟਡੀ 'ਚ ਲਿੱਤਾ ਗਿਆ ਅਤੇ ਉਹਨਾਂ ਤੋਂ ਇੱਕ ਵੈਪਨ ਰਿਕਵਰ ਕੀਤਾ ਗਿਆ। ਸੀਨ ਆਫ ਕ੍ਰਾਈਮ 'ਤੇ ਕੁਝ ਸਪੈਂਟ ਬੁਲੇਟਸ ਅਤੇ ਕੁਝ ਅਨਫਾਇਰਡ ਬੁਲੇਟਸ ਸਾਨੂੰ ਮਿਲੀਆਂ। ਏਰੀਆ ਸਾਰਾ ਕੋਡਨ ਆਫ ਕਰਕੇ ਸੈਂਟਰਲ ਫੋਰੈਂਸਿਕ ਸਾਇੰਸ ਲੈਬੋਰਟਰੀ ਚੰਡੀਗੜ੍ਹ ਦੀ ਟੀਮ ਬੁਲਾ ਲਿੱਤੀ ਗਈ ਹੈ ਅਤੇ ਸਾਰੇ ਸੀਨ ਆਫ ਕ੍ਰਾਈਮ ਦਾ ਮੁਆਇਨਾ ਚੱਲ ਰਿਹਾ। ਜਿੰਨੇ ਵੀ ਆਈ ਵਿਟਨੈਸਿਸ ਸੀ ਉਹਨਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ ਅਤੇ ਜੋ ਵੀ ਤਫਤੀਸ਼ 'ਚ ਸਹਿਯੋਗ ਦੇਣ ਸਾਨੂੰ ਆਉਣਗੇ ਉਹਨਾਂ ਦੀ ਅਸੀਂ ਸਟੇਟਮੈਂਟ ਲੈ ਕੇ ਕਾਰਵਾਈ ਕਰਾਂਗੇ। ਇਸ ਤੋਂ ਇਲਾਵਾ ਜਿਹੜਾ ਵੀ ਇਸ਼ੂ ਇੱਥੇ ਐਕਸੈਸ ਦਾ ਇਸ਼ੂ ਹੋਇਆ, ਜਿਹੜੇ ਅਲੈਜਿਡ ਨੇ ਕਿਹੜੀ ਐਂਟਰੈਂਸ ਤੋਂ ਪੂਰੇ ਕੋਰਟ ਕੰਪਲੈਕਸ ਦੀ ਮੀਡੀਏਸ਼ਨ ਸੈਂਟਰ ਦੀ ਕਿਹੜੀ ਐਂਟਰੈਂਸ ਤੋਂ ਉਹਨਾਂ ਨੇ ਐਕਸੈਸ ਕੀਤਾ ਉਹਦੀ ਹਲੇ ਤਫਤੀਸ਼ ਚੱਲ ਰਹੀ ਹੈ। ਕਿਹੜੇ ਪੁਆਇੰਟ ਤੋਂ ਉਹਨਾਂ ਨੇ ਐਂਟਰੀ ਕੀਤੀ ਸੀ ਉਹਦੀ ਵੀ ਤਫਤੀਸ਼ ਹਲੇ ਚੱਲ ਰਹੀ ਹੈ।
ਮੁਅੱਤਲ AIG ਮਾਲਵਿੰਦਰ ਸਿੰਘ ਸਿੱਧੂ ਹੋਰਾਂ ਵੱਲੋਂ ਆਪਣੇ ਜਵਾਈ ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਅੱਜ ਦੁਪਹਿਰੇ ਇਹ ਵਾਰਦਾਤ ਵਾਪਰਦੀ ਹੈ। ਇਹ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ, ਉਹ ਜਿਸ ਜਗ੍ਹਾ ਤੇ ਲੋਕ ਅਦਾਲਤ ਲੱਗਦੀ ਹੈ ਇਸੇ ਲੋਕ ਅਦਾਲਤ ਦੇ ਬਿਲਕੁਲ ਸਾਹਮਣੇ ਮੀਡੀਏਸ਼ਨ ਜਿਹੜਾ ਮੀਡੀਏਸ਼ਨ ਸੈਂਟਰ ਸੀਗਾ, ਉਸ ਸੈਂਟਰ ਦੇ ਜਿਹੜੇ ਕਿ ਵਿੱਚ ਮਾਲਵਿੰਦਰ ਸਿੰਘ ਸਿੱਧੂ ਅਤੇ ਇਹ ਉਹਨਾਂ ਦੇ ਜਿਹੜੇ ਕਿ ਦੂਸਰੇ ਕੁੜਮ ਪਰਿਵਾਰ ਸੀਗਾ ਉਹ ਇੱਥੇ ਮੌਜੂਦ ਸੀਗੇ। ਉਸ ਸਮੇਂ ਕਹਿ ਸਕਦੇ ਹੋ ਦੋਹਾਂ ਪਰਿਵਾਰਾਂ ਦੇ ਵਿਚਕਾਰ ਇੱਥੇ ਗੱਲਬਾਤ ਚੱਲ ਰਹੀ ਸੀਗੀ, ਕਿਉਂਕਿ ਇਹ ਜਿੱਥੇ ਇੱਕ ਫੈਮਿਲੀ ਮੈਟਰ ਪੂਰਾ ਇੱਥੇ ਲੱਗਿਆ ਹੋਇਆ ਸੀਗਾ, ਫੈਮਿਲੀ ਡਿਸਪਿਊਟ ਸੀਗਾ ਜੋ ਮਾਲਵਿੰਦਰ ਸਿੰਘ ਸਿੱਧੂ ਹੋਰਾਂ ਦੀ ਲੜਕੀ ਸੀਗੀ, ਅਤੇ ਦੂਸਰੇ ਪਾਸੇ ਇਹ ਜਿਹੜਾ ਕਹਿ ਸਕਦੇ ਹਾਂ ਜਿਹੜੇ ਸਹੁਰਾ ਪਰਿਵਾਰ ਸੀਗਾ, ਜਿਹੜਾ ਲੜਕਾ ਪਰਿਵਾਰ ਸੀਗਾ ਜਿਸ ਵਿਅਕਤੀ 'ਤੇ ਗੋਲੀ ਚਲਾਈ ਗਈ ਹੈ, ਉਹ ਪਰਿਵਾਰ ਵੀ ਇੱਥੇ ਪਹੁੰਚਿਆ ਹੋਇਆ ਸੀਗਾ। ਤਾਂ ਉਸੇ ਸਮੇਂ ਕਹਿ ਸਕਦੇ ਹਾਂ ਅੰਦਰ ਕੋਈ ਝਗੜਾ ਹੁੰਦਾ, ਝਗੜਾ ਹੋਣ ਤੋਂ ਬਾਅਦ ਮਾਲਵਿੰਦਰ ਸਿੰਘ ਸਿੱਧੂ ਆਪਣੇ ਜਵਾਈ ਹਰਪ੍ਰੀਤ ਸਿੰਘ ਨੂੰ, ਜੋ ਇਸ ਸਮੇਂ ਸਿਵਲ ਸਰਵਿਸ ਦੇ ਵਿੱਚ ਸਨ ਦਿੱਲੀ ਦੇ ਵਿੱਚ, ਉਹਨਾਂ ਨੂੰ ਬਾਹਰ ਬੁਲਾਉਂਦੇ ਨੇ। ਬਾਹਰ ਬੁਲਾਉਣ ਸਾਰ ਤਾਬੜ ਤੋੜ ਜਿਹੜੀ ਕਿ ਮਾਲਵਿੰਦਰ ਸਿੰਘ ਸਿੱਧੂ ਹੋਰਾਂ ਵੱਲੋਂ ਹਰਪ੍ਰੀਤ ਸਿੰਘ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ, ਜਿਸ ਦੇ ਵਿੱਚ ਦੋ ਗੋਲੀਆਂ ਹਰਪ੍ਰੀਤ ਸਿੰਘ ਦੇ ਲੱਗਦੀਆਂ ਨੇ। ਦੋ ਗੋਲੀਆਂ ਲੱਗਣ ਦੇ ਬਾਅਦ ਹਰਪ੍ਰੀਤ ਸਿੰਘ ਨੂੰ ਜਿਹੜਾ ਕਿ ਮੌਕੇ ਤੋਂ ਜਿਹੜੇ ਇਹ ਹੋਸਪਿਟਲ ਪਹੁੰਚਾਇਆ ਜਾਂਦਾ, PGI ਵਿਖੇ ਐਡਮਿਟ ਕਰਵਾਇਆ ਜਾਂਦਾ, ਪਰ ਉੱਥੇ ਜਾ ਕੇ ਹਰਪ੍ਰੀਤ ਸਿੰਘ ਦਮ ਤੋੜ ਦਿੰਦੇ ਨੇ। ਉਸ ਤੋਂ ਬਾਅਦ ਪੁਲਿਸ ਇੱਥੇ ਪਹੁੰਚਦੀ ਆ ਅਤੇ ਪੁਲਿਸ ਵੱਲੋਂ ਜਿਹੜਾ ਕਹਿ ਸਕਦੇ ਹਾਂ ਮਾਲਵਿੰਦਰ ਸਿੰਘ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅੱਗੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਕਿ ਕਿਸ ਤਰੀਕੇ ਦੇ ਨਾਲ ਅਦਾਲਤ ਦੇ ਇਹ ਇਲਾਕੇ ਦੇ ਵਿੱਚ, ਇਹ ਕੋਰਟ ਦਾ ਏਰੀਆ ਮੰਨਿਆ ਜਾਂਦਾ, ਕੋਰਟ ਦੇ ਏਰੀਏ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੈਪਨ ਪਹੁੰਚਦਾ। ਹਾਲਾਂਕਿ ਜੋ ਚੰਡੀਗੜ੍ਹ ਦੇ SSP ਨੇ ਉਹ ਵੀ ਕਹਿ ਰਹੇ ਨੇ ਕਿ ਬਹੁਤ ਸਾਰੇ ਰਾਸਤੇ ਨੇ, ਉਹਨਾਂ ਰਾਸਤਿਆਂ ਦੇ ਰਾਹੀਂ ਵੈਪਨ ਲਿਆਉਣਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਚੈਕਿੰਗ ਹੁੰਦੀ ਆ, ਪਰ ਉਸਦੀ ਅਸੀਂ ਜਾਂਚ ਪੜਤਾਲ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਰਾਹੀਂ ਵੈਪਨ ਇੱਥੇ ਪਹੁੰਚਿਆ। ਪਰ ਇਸ ਪੂਰੀ ਘਟਨਾ ਦੇ ਵਿੱਚ ਜਿੱਥੇ ਕਹਿ ਸਕਦੇ ਚੰਡੀਗੜ੍ਹ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੁਅੱਤਲ AIG ਇਹ ਮਾਲਵਿੰਦਰ ਸਿੰਘ ਜੋ ਸਿੱਧੂ ਆ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅੱਗੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਆ। ਕੈਮਰਾ ਪਰਸਨ ਅਸ਼ਵਨੀ ਮਨਾਜ਼ ਦੇ ਨਾਲ ਕਮਲਦੀਪ ਜੀ ਮੀਡੀਆ, ਚੰਡੀਗੜ੍ਹ।